ਹੈਲੋ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ ਔਰ ਜਦੋਂ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਕਰੋਨਾ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਅਪਸੈਟ ਨੇ ਲੋਕ ਮਾਇੂਸ ਨੇ ਕਰਨ ਨੂੰ ਕੁਝ ਨਹੀਂ ਕਰਉ ਬਾਹਰ ਨਹੀਂ ਜਾ ਸਕਦੇ ਉੱਥੇ ਇੱਕ ਬੜੀ ਵਧੀਆ ਚੀਜ਼ ਮੇਰੇ ਧਿਆਨ ਚ ਆਈ ਕਿ ਫਾਜ਼ਿਲ ਕਵਰ ਕੇ ਛੋਟੇ ਜਿਹੇ ਜ਼ਿਲ੍ਹੇ ਦੇ ਵਿੱਚ ਜਿੱਥੋਂ ਮੇਰਾ ਦੋਸਤ ਕਰਨ ਗਿਲੋਤਰਾ ਬਿਲੋਂਗ ਕਰਦਾ ਸਰਹਦ ਕੇਸਰੀ ਲਾਈਵ ਕਪਲ ਅੰਤ ਅਕਸ਼ੀ ਚੱਲ ਰਹੀ ਹੈ ਔਰ ਇਹ ਬੜਾ ਯੂਨੀਕ ਤਰ੍ਹਾਂ ਦਾ ਕਾਨਸੈਪਟ ਹੈ ਔਰ ਇਹਦੇ ਵਿੱਚ ਸਰਹਦ ਕੇਸਰੀ ਨੇ ਔਰ ਕਰਨ ਗਿਲੋਤਰਾ ਉਹਨਾਂ ਨੇ ਇੱਕ ਜੁਆਇੰਟ ਇਨੀਸ਼ੀਏਟਿਵ ਦੇ ਨਾਲ ਇਹ ਲੋਕਾਂ ਦਾ ਇੱਕ ਮਨੋਵਲ ਉੱਚਾ ਕਰਨ ਲਈ ਲੋਕਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਖੁਸ਼ ਰੱਖਣ ਲਈ ਇੱਕ ਕਨਸੈਪਟ ਚਾਲੂ ਕੀਤਾ ਸੀ ਔਰ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ ਹੈ ਔਰ ਇਹਦੇ ਸਾਰੇ ਰਾਊਂਡ ਜਿਹੜੇ ਨੇ ਬੜੇ ਸਕਸੈਸਫੁਲੀ ਚੱਲੇ ਤੇ ਉਸ ਤੋਂ ਬਾਅਦ ਦੋ ਸੈਮੀਫਾਈਨਲਸ ਜਿਹੜੇ ਨੇ ਉਹ ਵੀ ਹੋ ਗਏ ਔਰ ਰਮ ਕਰਨ ਗਿਲੋਤਰਾ ਹੁਣਾਂ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਹੁਣ ਫਾਈਨਲ ਰਾਊਂਡ ਦੇ ਵਿੱਚ ਹੈ ਆ ਇਹ ਜਿਹੜਾ ਸਰਹਦ ਕੇਸਰੀ ਲਾਈਵ ਕਪਲ ਅੰਤਖੜੀ ਸੋ ਜਿਹੜੀਆਂ ਜੋੜੀਆਂ ਫਾਈਨਲ ਦੇ ਵਿੱਚ ਪਹੁੰਚੀ ਹਨ ਇਸ ਗ੍ਰੈਂਡ ਫਾਈਨੈਲੇ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਗੁੱਡ ਵਿਸ਼ੇਸ ਆਲ ਦਾ ਵੈਰੀ ਬੈਸਟ ਜਿਤਨਾ ਦੇ ਕਿਸੇ ਇੱਕ ਜੋੜੀ ਨੇ ਪਰ ਜਿਹੜੇ ਤੁਸੀਂ ਫਾਈਨਲ ਚ ਪਹੁੰਚੇ ਹੋ ਯੂ ਆਲ ਆਰ ਦਾ ਬੈਸਟ ਤੇ ਮੇਰੇ ਵੱਲੋਂ ਬਹੁਤ ਗੁੱਡ ਵਿਸ਼ੇਸ ਨੇ ਇੰਜੋਏ ਦਾ ਗੇਮ